ਦੀ ਪੂਰੀ ਇੱਛਾ ਆਪਣੇ ਦਰਬਾਰ 'ਚ ਮਨਜ਼ੂਰ ਮਕਬੂਲ ਪੇਸ਼ਵਾ ਤੁਹਾਡਾ ਦੂਰ ਦਰਾਜ਼ ਤੋਂ ਪੂਰਾ ਆ ਜਿਤਨੇ ਕਦਮ ਮਜ਼ਲੂਮ ਦੀ ਸਫ਼ੇ ਮਾਤਮ ਦੇ ਪਾਸੇ ਚਾਹੇ ਮੌਲਾ ਇਬਾਦਤ ਸ਼ੁਮਾਰ ਹਰ ਦੁਆ ਜ਼ੁਬਾਨ ਤਾਂ ਨਹੀਂ ਆ ਸਕਦੀ ਹਰ ਬੰਦਾ ਖਾਲੀ ਝੋਲੀ ਇਸ ਦਰਬਾਰ 'ਚ ਆਏ ਜਿਹੜਾ ਉੱਠੀ ਕੇ ਟੁਰੇ ਤਾਂ ਕਿਸੇ ਦੀ ਖਾਲੀ ਨਾ ਹੋਵੇ ਸੱਲਿਆ ਆਲਾ ਮੁਹੰਮਦ ਵਾਲ ਮੁਹੰਮਦ ਇੱਕ ਦਰਬਾਰ ਸ਼ਹਿਜ਼ਾਦਾ ਤੁਹਾਡੇ ਸਾਹਮਣੇ ਹੁਣ ਪੜ੍ਹ ਕੇ ਗਏ ਪ੍ਰੋਗਰਾਮ ਤਾਂ ਮੇਰਾ ਕੁਛ ਹੋਰ ਰਹੀ ਲੇਕਿਨ ਦੂਸਰਾ ਦਰਬਾਰ ਮੈਂ ਪੜ੍ਹਦਾ ਵਕਤ ਇਤਨਾ ਕੋਈ ਨਹੀਂ ਸਫ਼ਰ ਜ਼ਿਆਦਾ ਹੈ ਦੇਰ ਦਾ ਆਇਆ ਬੈਠਾ ਹਾਜ਼ਰੀ ਜ਼ਰੂਰੀ ਆਈ ਵਾਸਤਾ ਡੇਢ ਸਾਲ ਆਏ ਇਸ ਵਾਸਤੇ ਹਾਜ਼ਰੀ ਜ਼ਰੂਰੀ ਆਈ ਖਰਾਇਤ ਮੰਗਣ ਦਾ ਵੱਲ ਆ ਜਾਏ ਟਾਈਮਾਂ ਤਾਂ ਗੱਲ ਨਹੀਂ ਮੁੱਕਦੀ ਮੈਂ ਇੱਥੇ 7 ਘੰਟੇ ਵੀ ਪੜ੍ਹਾਂ ਤਾਂ ਮੈਨੂੰ ਕਿਸੇ ਨੇ ਨਹੀਂ ਆਖਿਆ ਮਿੰਟਾਂ 'ਚ ਨੌਕਰੀ 2-4 ਮਿੰਟ ਦੀ ਤਮਹੀ ਤਾਂ ਪਤਾ ਤਾਂ ਲੱਗੇ ਦੂਸਰਾ ਦਰਬਾਰ ਆਈ ਅਸਕਲਾ ਇੱਥੋਂ ਦਾ ਇੱਕ ਮੋਮੇ ਨਾਮ ਜ਼ੁਰੈਰ ਨਾਮ ਆ ਮਿਹਨਤ ਪਰਸਤ ਜਿਹੜੇ ਲੋਕ ਬੈਠੇ ਹੋ ਇਹ ਨਬੀਆਂ ਦੇ ਸਰਦਾਰ ਦੀ ਕਬਰ ਦਾ ਸਲਾਮ ਕਰਨ ਵਾਸਤੇ ਵਤਨ ਤੋਂ ਤੁਰੇ ਯਾਦ ਇੱਕ ਜੰਗਲ ਦੇ ਵਿੱਚੋਂ ਮੈਂ ਗੁਜ਼ਰ ਪਿਆ ਕਰਨਾ ਮੈਂ ਜ਼ਾਕਰੀ ਦੁਨੀਆਂ 'ਚ ਇਤਨੀ ਜਲਦੀ ਕੀਤੀ ਕਰਾਈ ਨਹੀਂ ਜਿੱਥੋਂ ਤੱਕ ਮੈਂ ਬੜੀ ਜਲਦੀ ਖੁਤਬਾ ਛੋੜ ਕੇ ਵੀ ਪਹੁੰਚ ਗਿਆ ਮੇਰੀ ਕੋ ਆਪਣੀ ਮਜਬੂਰੀ ਹੈ ਮੈਨੂੰ ਆਪ ਬਹੁਤ ਜ਼ਿਆਦਾ ਦੇਰ ਖੁੱਲੀ ਯਾਦ ਇੱਕ ਜੰਗਲ ਦੇ ਵਿੱਚੋਂ ਮੇਰਾ ਗੁਜ਼ਰ ਪਿਆ ਆਉਂਦਾ ਜੰਗਲ ਦੇ ਪਰਲੇ ਕਿਨਾਰੇ 'ਤੇ ਅਦਾ ਮੇਰੀ ਨਿਗਾਹ ਪਈ ਇੱਕ ਸੈਕਿੰਡ ਜਨਾਬ ਦਾ ਜ਼ਾਇਆ ਨਹੀਂ ਕੀਤਾ ਅਤੇ ਜ਼ਾਇਆ ਕਰਨ ਵੀ ਨਹੀਂ ਦੇਣਾ ਜਿਹਨਾਂ ਦੇ ਦਿਲ 'ਚ ਅਲੀ ਵਸਦਾ ਆਉਂਦਾ ਦੂਸਰੇ ਕਿਨਾਰੇ 'ਤੇ ਦੀਦ ਪਈ ਹੈ ਇੱਕ ਸ਼ਾਹਜ਼ਾਦਾ ਮੈਂ ਬਿਠਾ ਹੈ ਜਿਹੜਾ ਚੰਨ ਨਾਲੋਂ ਜ਼ਿਆਦਾ ਸੋਹਣਾ ਹੈ ਅੱਲਾਹ ਤੁਹਾਡੀ ਜ਼ਿੰਦਗੀ ਕਰੇ ਬਿਸਮੱਲਾ ਕਰਾ ਚਾਹ ਆਬਾਦ ਰਹੋ ਅਦਾ ਪੈਰ ਸ਼ਾਹਜ਼ਾਦਾ ਜ਼ਮੀਨ ਤੋਂ ਚੈਂਦਾ ਹੈ ਉਹ ਸ਼ਾਹਜ਼ਾਦੇ ਦੇ ਕਦਮ ਜ਼ਮੀਨ ਚੁੰਮਦੀ ਅਦਾ ਫਿਰ ਮੈਂ ਸ਼ਾਹਜ਼ਾਦੇ ਦੇ ਸਰ 'ਤੇ ਨਿਗਾਹ ਕੀਤੀ ਹੈ ਸਫੇਦ ਰੰਗ ਦੇ ਪਰਿੰਦੇ ਨੇ ਜਿਹੜੇ ਆਪਣੇ ਪਰਨ ਦਾ ਸਾਇਆ ਉਸ ਸ਼ਾਹਜ਼ਾਦੇ 'ਤੇ ਬਣਾਈ ਆਉਂਦੇ ਨੇ ਕੋਈ ਪਰਾਂ ਨਾਲ ਹਵਾ ਸ਼ਾਹਜ਼ਾਦੇ ਨੂੰ ਕੱਢਦਾ ਅਦਾ ਭਾਵੇਂ ਦੂਆਂ ਜਹਾਨ ਦੇ ਵਾਲੀ ਦੀ ਕਬਰ 'ਤੇ ਸਲਾਮ ਵਾਸਤੇ ਵਹਿੰਦਾ ਪਿਆ ਹਾਂ ਰਸਤੇ ਮਦੀਨੇ ਦਾ ਭੁੱਲ ਗਿਆ ਇਹ ਸ਼ਾਹਜ਼ਾਦੇ ਦੇ ਕਰੀਬ ਆ ਕੇ ਅਦਾ ਮੈਂ ਸਲਾਮ ਕੀਤਾ ਔਰ ਉਸ ਵੇਲੇ ਬੜਾ ਹੈਰਾਨ ਹੋਇਆ ਜਿਹੜਾ ਸ਼ਾਹਜ਼ਾਦੇ ਮੇਰਾ ਨਾਂ ਲੈ ਕੇ ਮੈਨੂੰ ਜਵਾਬ ਦਿੱਤਾ ਹਿੱਲੇ ਤੇ ਹਲਾਈ ਰਾਇਤ ਨਹੀਂ ਚਾਹੁੰਦਾ ਜ਼ਿਕਰ ਤੇ ਬੋਲੀ ਵਾਸਤੇ ਤੇ ਬੁਲਾਵਣ ਦੀ ਆਦਤ ਹੀ ਨਹੀਂ ਕਬੂਲ ਨਹੀਂ ਹੁੰਦੀ ਜ਼ਿਕਰ ਤੇ ਇੱਕ ਵੀ ਬੋਲ ਪਿਆ ਕਾਫੀ ਹੈ ਆਖਰਤ ਦਾ ਸੋਚਦਾ ਖਲੋਤਾ ਦੁਨੀਆਂ ਦੇ ਵਿੱਚ ਬੜੀ ਕਹਾਣੀ ਬਣ ਗਈ ਇਸ ਤੋਂ ਅੱਗੇ ਮੌਤ ਹੈ ਜਿਹੜਾ ਬਖਤ ਬਤੂਲ ਦੀ ਧੀ ਦੇ ਛੋੜਿਆ ਸਾਈਂ ਇੱਜ਼ਤ ਦੇਵਣ ਤੇ ਪਚਾਵਣੀ ਚਾਹੀਦੀ ਬਾਦਸ਼ਾਹ ਹੁਸੈਨ ਦੇਵਣ ਤੇ ਪਚਾਵਣੀ ਚਾਹੀਦੀ ਤੇ ਯਾਦ ਰੱਖੀ ਜਿਹਨੂੰ ਬਾਦਸ਼ਾਹ ਦੇਵਣ ਮੰਨ ਲੈਣਾ ਚਾਹੀਦਾ ਹੈ ਜਿਹਨੂੰ ਸਾਈਂ ਨਾ ਦੇਵਣ ਜਹਾਨ ਪੁੱਠਾ ਵੀ ਲਟਕ ਲੈ ਮਿਲਦਾ ਹੀ ਕੁਛ ਨਹੀਂ ਹੈ ਅਦਾ ਨਾਂ ਲੈ ਕੇ ਜਵਾਬ ਦਿੱਤੇ ਅਦਾ ਮੈਂ ਪੁੱਛਿਆ ਸ਼ਾਹਜ਼ਾਦਾ ਮੇਰੇ ਨਾਮ ਤੋਂ ਕਿਵੇਂ ਵਾਕਫ ਹੋ ਫਰਮਾਇਆ ਆਪਣਾ ਪਿਆਰ ਹੈ ਤੇਰੇ ਬਾਬੇ ਦਾ ਵੀ ਜਾਣਨਾ ਉਸਦੇ ਬਾਬੇ ਦਾ ਵੀ ਜਾਣਨਾ ਤੇੜੀਆਂ ਦਾ ਸਲਾਹ ਨੂੰ ਜਾਣਨਾ ਸ਼ਾਹਜ਼ਾਦਾ ਕਿੱਥੋਂ ਪਿਆਦੇ ਹੋ ਬੈਤੁੱਲਾ ਅੱਲਾ ਦੇ ਘਰ 'ਚੋਂ ਸ਼ਾਹਜ਼ਾਦਾ ਇਹ ਪਰਿੰਦੇ ਜਿੱਥੇ ਬੈਠਾ ਹੈ ਜਾਂ ਜਿੱਥੇ ਖਲੋਤਾ ਹੈ ਇਹ ਪਰਿੰਦੇ ਜ਼ਿਕਰ ਤੇ ਬੋਲਣ ਦੀ ਆਦਤ ਹੈ ਤਾਂ ਮੈਂ ਤਾਂ ਦੇਖੀ ਇਹ ਅੱਲਾ ਦੇ ਘਰ ਤੋਂ ਤੁਹਾਡੇ ਨਾਲ ਤੁਰੇ ਨੇ ਫਰਮਾਇਆ ਨਹੀਂ ਉੱਥੇ ਹੋਰ ਹਨ ਅੱਗੇ ਹੋਰ ਹਨ ਇਹ ਹੋਰ ਹਨ ਅੱਗੇ ਹੋਰ ਇੰਤਜ਼ਾਰ 'ਚ ਖਲੋਤੇ ਹਨ ਹੱਥ ਸਲਾਮਤ ਹੋਣ ਜਿਹੜੇ ਜ਼ਿਕਰ 'ਚ ਹਿਲਦੇ ਪਏ ਨਾ ਮੈਂ ਬਿਸਮਿਲ੍ਲਾ ਕਰਾਂ ਜੀਓ ਅੱਲਾ
آدھا حیران ہو گیا، پریشان ہو گیا، پرندے پران دا سایہ ہوا پہ دین دے، کیڑی عزت دا مالک ہے۔ آدھا شہزادہ قافلے نال سفر کروا، اتنا لمبا سفر، آدھا شہزادہ مسکرا کے آدھا قافلے ساڈے محتاج ہیں، اساں قافلے دے محتاج ہیں، تیری جوانی سلامت ہوئے، تیری جوانی سلامت ہوئے۔ سردار دی محنت دو وائنڈ کر، بسم اللہ کر، بہت جو بڑے پڑھنے اللہ زندگی کرنا ہے۔ میں اللہ شہزادہ میں تو اس واسطے آدھا پیا، رستے چ درندے بھی آدھے، رات بھی آ وی، مت رات پی جائے کلے ہو، رستے چ کوئی درندہ نقصان دے وے۔ آدھے شہزادے مسکرا کے آخیا، ہر علاقے دا درندہ تو مینو جاندا ہے، میں کون ہاں؟ اللہ زندگی کرے، جڑے ذکر تے بولن دے عادت بیٹھے ہو، باقی سنبھال کے رکھنا، رات بالنا لڑن تے کام آسی۔ اے دری سدا جیو، مقصد ہی آ گیا۔ اللہ ہو ادھر شہزادہ، کاش میں وستا ہوں دا، امیر ہوں دا، شہزادہ میں تیری شان دے مطابق تین سواری لے کے دیندا، جس سواری تو بیٹھ کے خدا دے گھاری چویندا، ولدہ میرے واسطے دعا کریندا۔ ادھر شہزادہ مسکرا کے فرمایا، جان کے پیدل سفر ہیں، پیدل سفر نہ ہوں دے دید میں در کری، پیدل سفر نہ ہوں دے نماز آئی، اینج اینج کیتیاں راندی تو کیتی رکھ، ہاں مرضیاں لائیں، حیدرے جان کے پیدل پہ ٹرنا، تیرے نال ملاقات ضروری آئی۔ اگر میں سواری تے ہوں، وہاں تیری میری ملاقات نہ ہو گیا، ملاقات ضروری آئی جان کے پیدل۔ تو شہزادے دیکھ کے آدھا میرے پاس آخیا، اگر میرا سواری تے ہوں دل بن جائے اس سے مقام پہ، اتھے ہی میں تیری آنکھ دی پلک دے اشارے جھٹکن تو پہلے، اتھے فرشی بھی سواریاں منگا سکنا، میں عرشی بھی اتھے منگوا سکنا۔ ہزارہ سلام ہے خدا، تیری عبادت قبول کر جیو، بسم اللہ کر سدا جیو، بھلا ہونے، ہاں بشرط جی کر دینا، بشرط زندگی اے دس تو یارہ، اے محرم پلوال مرکزی امام بارگاہ، دس تو یارہ ٹھیک میں پڑھاں گا جی، ٹھیک ہے جی، رات دس تو یارہ، توجہ ہے؟ بس آخری گل، مقصد آ گیا، تھوڑی بات ذہن چ بیٹھے اس واسطے۔ ادھر شہزادہ مینو ایک گل تے دس، پوچھ شہزادہ، اگر تمہیں اتنے بھوک لگ جائے، پیاس لگ جائے، کوئی ذات راہ میں تھوڑے کو نظر نہیں پیا آتا، اس جنگل میں پیاس لگ جائے، کوئی سفر کا سامان کو، ادھر شہزادہ مسکرا کے فرمایا، تیرا اگر کھانے تو دل عرشی کھانا مگا، تیرے بچیاں کی زندگی ہونے، میں بسم اللہ کرا، جوانی نصیب ہو چاہ تیرا، بسم اللہ کھانے تو شربت بسم اللہ چاچا سی، تیرا شربت دل ہے کوثر دا۔ شہزادہ عرشی کھانا اتھے کیویں مگوے سے، زاکری چھوڑ کے گھر لگا جا سا جی، ہاتھ تیرا سینے دے وچ تڑپے نہ کہ الوی نال بولنا ہے، رائے تو نہیں انصاف چاہنا۔ آدھا پیچھے دیکھ، آدھا میں پیچھے دیکھا، ایک جوان ہے جڑا خوبصورت ہے، تیز قدم آتا پیا شہزادے دے پاسے، اس شہزادے دے قدمہ تے ہاتھ رکھ کے سلام کیتے جی، میں رئیے سلام کر کے اس پوچھے، بادشاہ کائنات دی کسے شاید تے دل ہوئے نا، تے حکم تے کرو نا، میں حاضر کراں، تیری جوانی سلام، امام زمانہ کر، بسم اللہ کرا چاہ، کسے شاید تے دل ہوئے، سب ہو رہے آئے،
ਕਿਸੇ ਸ਼ਾਇਦ ਤੇ ਦਿਲ ਹੋਵੇ ਮੈਂ ਅਤੇ ਸ਼ਹਿਜ਼ਾਦੇ ਮੁਸਕੁਰਾ ਕੇ ਫਰਮਾਇਆ ਨਹੀਂ ਬਸ ਤੂੰ ਚਲਾ ਜਾ ਜਦ ਦਿਲ ਹੋਇਆ ਮੈਂ ਸਦਾ ਲੈ ਸੀ ਅਦਾ ਉਹ ਤੁਰਿਆ ਮੈਂ ਵੇਖਦਾ ਰਿਹਾ ਉਸ ਕਾਂਢੀ ਨਹੀਂ ਕੀਤੀ ਉਹ ਗਾਇਬ ਹੋਇਆ ਮੈਂ ਸ਼ਹਿਜ਼ਾਦੇ ਦੇ ਕਦਮਾਂ ਤੇ ਹੱਥ ਲਾਏ ਜਿਹਦੇ ਘਰੋਂ ਆਇਆ ਉਸੇ ਦਾ ਵਾਸਤਾ ਹੀ ਇਹ ਜੰਗਲਾਂ 'ਚ ਤੇਰੇ ਖਾਵਣ ਪੀਵਣ ਦਾ ਇੰਤਜ਼ਾਮ ਕਰਨ ਵਾਲਾ ਤਾਰਫ ਕਰਵਾ ਕੌਣ ਆ ਸ਼ਹਿਜ਼ਾਦੇ ਮੁਸਕੁਰਾ ਕੇ ਫਰਮਾਇਆ ਨਹੀਂ ਸੁਣਿਆ ਇਹ ਖਿਜ਼ਰ ਨਬੀ ਆ ਹਜ਼ਾਰਾਂ ਸਲਾਮ ਹੈ ਮੈਂ ਬਿਸਮਿਲ੍ਲਾ ਕਰਾਂ ਇਹ ਖਿਜ਼ਰ ਨਬੀ ਆਈ ਕਦਮ ਚੁੰਮ ਕੇ ਆਦਾ ਜੰਗਲਾਂ ਦੇ ਵਿੱਚ ਜਿਸ ਦੇ ਖਾਵਣ ਪੀਵਣ ਦੇ ਇੰਤਜ਼ਾਮ ਖਿਜ਼ਰ ਜੈਸੇ ਨਬੀ ਪੇ ਕਰਦੇ ਆਪਣਾ ਤਾਰਫ ਕਰਵਾ ਸਕਦੇ ਕੌਣ ਉਹ ਫਰਮਾਇਆ ਮੈਂ ਹੁਸੈਨ ਦੀ ਪੱਗ ਦਾ ਵਾਰਿਸ ਅਲੀ ਜ਼ੈਨ ਉਲ ਆਬਦੀਨ ਗੱਲ ਮੈਂ ਬੜੀ ਛੇਤੀ ਖਤਮ ਕਰਾਇਆ ਨਾ ਗਾਸਬਾਂ ਨਾ ਗਾਸਬਾਂ ਦੇ ਮੰਨਣ ਵਾਲਾ ਮਿੰਟਾਂ 'ਚ ਬਿਖਰਾ ਤੋ ਮਿਲੀ ਤੇ ਮਿਲ ਵੈਂਦੀ ਜੀ ਬਿਸਮਿਲ੍ਲਾ ਕਰਾਂ ਜੀ ਬਾਬਾ ਜਹਾਂ ਨੇ ਨਸੀਬ ਹੋਵੇ ਜੀ ਝੋਲੀ ਤੇ ਫੈਲਾ ਮੈਂ ਤੇਰਾ ਇੱਕ ਸੈਕਿੰਡ ਹੀ ਜ਼ਾਇਆ ਨਹੀਂ ਕੀਤਾ ਮੈਂ ਬਿਸਮਿਲ੍ਲਾ ਕਰਾਂ ਜੀ ਜੀ ਮਾਮੇ ਜ਼ਮਾਨਾ ਮਾਤਮ ਕਬੂਲ ਕਰੇ ਬਤੂਲ ਦਾ ਪੁੱਤਰ ਇੱਜ਼ਤ ਜਾ ਇਹ ਤੇਰੇ ਮੌਲਾ ਦਾ ਮਹਿਬ ਹੋਏ ਇਮਾਮ ਮਦੀਨੇ ਲਾਇਆ ਬਹੁਤ ਜਲਦੀ ਕਰਾਂ ਬਿਸਮਿਲ੍ਲਾ ਕਰਾਂ ਬਾਦਸ਼ਾਹ ਫਰਮਾ ਜੀ ਭਲਾ ਹੋਵੇ ਭਲਾ ਹੋਵੇ ਇਮਾਮ ਫਰਮਾਇਆ ਜਰਾ ਭੁੱਖ ਲੱਗੀ ਜੀ ਬਾਦਸ਼ਾਹ ਫਰਮਾਇਆ ਮੇਰੇ ਹੱਥ ਦੁਆ ਖਾਣਾ ਰਲੇ ਖਾਵੀਏ ਕੈਸੋ ਇਨਸਾਨ ਹੈ ਜਿਹਦੇ ਨਾਲ ਬੈਠ ਕੇ ਸੱਜਾਦ ਦਾ ਸਾ ਇਮਾਮ ਖਾਇਆ ਹਾਏ ਹਾਏ ਸਮਝ ਨਾ ਤੈ ਹੈ ਮੈਂ ਤੇਰਾ ਇੱਕ ਸੈਕਿੰਡ ਜ਼ਾਇਆ ਨਹੀਂ ਕੀਤਾ ਇਸ ਇਮਾਮ ਦੇ ਹੱਥ ਦੁਆ ਆਮਣੇ ਸ਼ੁਰੂ ਕੀਤੇ ਇਸ ਦੀ ਅੰਗਲਾਂ 'ਤੇ ਛਾ ਲਏ ਇਮਾਮ ਡਿੱਠੇ ਜੁਰੈਰ ਅੰਗਲਾਂ 'ਤੇ ਛਾ ਲੈਣ ਜੀ ਬਾਦਸ਼ਾਹ ਤੁਹਾਡੇ ਮੰਨਣ ਵਾਲਾ ਅਤੇ ਤੁਹਾਡੇ ਮੰਨਣ ਵਾਲਾ ਤਾਂ ਤਦ ਬਣਨਾ ਜੇ ਰਿਜ਼ਕ ਹਲਾਲ ਖਾਵੀਏ ਵਤਨ ਦੇ ਵਿੱਚ ਪੈਗਾਮ ਜਿਹੜਾ ਪਹੁੰਚਾਵਣਾ ਪਹੁੰਚਾ ਛੋੜਾ ਹੈ ਸਾਡੇ ਵਤਨ 'ਚ ਇੱਕ ਤਾਜਰ ਹੈ ਬਾਦਸ਼ਾਹ ਬਹੁਤ ਬੜਾ ਮੈਂ ਗਰੀਬ ਹਾਂ ਉਸ ਨਾਲ ਮਜ਼ਦੂਰੀ ਕਰਦਾ ਸਮਾਨ ਵਜ਼ਨੀ ਉਸਨੇ ਆਖਿਆ ਉਠਾ ਮੈਂ ਉਠਾਇਆ ਹੱਥਾਂ ਛਾਲੇ ਬਣ ਗਏ ਇਮਾਮ ਫਰਮਾਇਆ ਬਹੁਤ ਬੜਾ ਤਾਜਰ ਹੈ ਬਾਦਸ਼ਾਹ ਬਹੁਤ ਬੜਾ ਤਾਜਰ ਹੈ ਇਮਾਮ ਫਰਮਾਇਆ ਜੀ ਉਸ ਨਾਲ ਵੱਡਾ ਤਾਜਰ ਖੁਦਾ ਤੈਨ ਬਣਾ ਛੋੜੇ ਅਦਾ ਮੌਲਾ ਤੁਸਾਂ ਆਖਿਆ ਮੈਂ ਬਣ ਗਿਆ ਲੇਕਿਨ ਤਜਾਰਤ ਵਾਸਤੇ ਪੈਸਿਆਂ ਦੀ ਲੋੜ ਆਉਂਦੀ ਇਮਾਮ ਚੰਦ ਅਸ਼ਰਫੀਆਂ ਜੇਬ 'ਚੋਂ ਕੱਢ ਕੇ ਇਹਦੇ ਹੱਥ 'ਤੇ ਰੱਖ ਕੇ ਫਰਮਾਇਆ ਮੇਰੇ ਦਿੱਤੇ ਹੋਏ ਪੈਸਿਆਂ ਨਾਲ ਵਤਨ ਵੰਜ ਕੇ ਤਜਾਰਤ ਕਰੀ ਬੜਾ ਵਖਤ ਲੱਗ ਸੀ ਇਹ ਰਿਜ਼ਕ ਬੜਾ ਪਾ ਕਈ ਇਹਨੂੰ ਸੱਜਾ ਦੇ ਹੱਥ ਲੱਗੇ ਮੈਂ ਬਿਸਮਿਲ੍ਲਾ ਕਰਾਂ ਅੱਲਾ ਵੱਡਾ ਦਾ ਆਖਿਰ ਬਹਾਈ ਬਤੂਲ ਦਾ ਪੁੱਤਰ ਤੇਰੇ ਬੇਟੇ ਵਾਸਤੇ ਮੈਂ ਬਿਸਮਿਲ੍ਲਾ ਕਰਾਂ ਜੀ ਬਿਸਮਿਲ੍ਲਾ ਕਰਾਂ ਜੀ ਮੈਂ ਬਿਸਮਿਲ੍ਲਾ ਕਰਾਂ ਚਾਹ ਚਿੱਟੀ ਦਾੜੀ ਅਤੇ ਮਾਤਮ ਬਕਰ ਦਾ ਹੁਸੈਨ ਦੀ ਮਾਂ ਜੱਡੇ ਸੀ ਵਤਨ ਆਇਆ ਇਮਾਮ ਦੇ ਦਿੱਤੇ ਪੈਸੇ ਨਾਲ ਤਜਾਰਤ ਖਤਮ ਭਲਾ ਹੋਵੇ ਬੜਾ ਵਖਤ ਲੱਗੇ ਫਿਰ ਸ਼ਾਦੀ ਕੀਤੀ ਇਮਾਮ ਕੋਲ ਆਉਂਦਾ ਰਹਿੰਦਾ ਸਨ 60 ਹਿਜਰੀ 'ਚ ਮਾਲ ਬੜਾ ਜਮ੍ਹਾਂ ਹੋ ਗਿਆ ਬਹੁਤ ਜਲਦੀ ਕਰ ਆਇਆ ਗੁਲਾਮਾਂ ਨੂੰ ਆਦਾ ਇੱਥੇ ਵਿਕਣਾ ਨਹੀਂ ਗੁਲਾਮ ਸਲਾਹ ਦਿੱਤੀ ਆ ਉਸ਼ਾਰ ਬਸ਼ਾਰ ਆਦਾ ਚਲੋ ਮੈਂ ਵੀ ਤੁਹਾਡੇ ਨਾਲ ਟੁਰਦਾ ਮਦੀਨੇ ਤੋਂ ਕੁਛ ਫਾਸਲੇ 'ਤੇ ਸਾਰਾ ਮਾਲ ਵਿਕ ਗਿਆ ਇਸ ਨੂੰ ਠੀਕ ਕਰ ਅੱਲਾ ਜ਼ਿੰਦਗੀ ਕਰੀ ਛੇ ਛੇ ਆਵਾਜ਼ਾਂ ਪੇ ਕਰਦਾ ਇਸ ਨੂੰ ਠੀਕ ਕਰ ਮਦੀਨੇ ਤੋਂ ਥੋੜ੍ਹੀ ਦੂਰ ਸਾਰਾ ਮਾਲ ਆ ਠੀਕ ਗੁਲਾਮਾਂ ਨੂੰ ਆਦਾ ਘਰ ਵੰਜੋ ਮੇਰੇ ਘਰ ਇਤਲਾਹ ਕਰਿਆ ਸਰਦਾਰ ਤੂੰ ਕਿਤੇ ਮੈਂ ਕੁਛ ਦਿਨਾਂ ਦੇ ਬਾਅਦ ਆ ਸੈਯਦ ਆਦਾ ਮਜਲਸ ਸਾਰੀ ਮੈਂ ਇਸ ਜੁਮਲੇ ਵਾਸਤੇ ਪੜ੍ਹੀ ਫਿਰ ਵੀ ਸਰਦਾਰ ਦੱਸ ਤਾਂ ਸਹੀ ਕਿਤੇ ਵਹਿਣਾ ਪਿਆ ਆਦਾ ਮੈਂ ਇਸ ਮਾਲ ਨੂੰ ਪਾਕ ਕਰਾਵਣ ਵਾਸਤੇ ਪਾਕਾਂ ਕੋਲ ਟੁਕੜਾ ਇਹਦੇ ਵਿੱਚੋਂ ਸਾਦਾਤ ਦਾ ਹਿੱਸਾ ਨਿਕਲ ਜਾ ਸੀ ਮੈਂ ਬਿਸਮਿਲ੍ਲਾ ਕਰਾਂ ਪੈਗਾਮ ਮੈਂ ਪਹੁੰਚਾ ਛੋੜਿਆ ਮੈਂ ਬਿਸਮਿਲ੍ਲਾ ਕਰਾਂ ਜਿਹੜੇ ਸਮਝ ਗਏ ਹੋ ਵਾਹ ਵਾਹ ਜੀ ਬਿਸਮਿਲ੍ਲਾ ਜ਼ਿੰਦਗੀ ਉਹਨੇ ਇਹ ਮੇਰੇ ਇਮਾਮ ਦੇ ਕੋਲ 7 ਦਿਨ ਰਿਹਾ ਇਜਾਜ਼ਤ ਮੰਗੀ ਇਮਾਮ ਫਰਮਾਇਆ 3 ਦਿਨ ਹੋਰ ਰਹਿ ਪਓ ਆਦਾ ਬਿਸਮਿਲ੍ਲਾ ਕਰਾਂ ਰਾਣਾ ਵੱਤ ਰਿਹਾ ਮੌਲਾ ਇਜਾਜ਼ਤ ਆਜ ਇਮਾਮ ਨਾਲ ਟੁਰੇ ਰੋਜ਼ਾ ਰਸੂਲ ਦੇ ਸਾਹਮਣੇ ਆ ਕੇ ਕਦਮਾਂ ਝੁਕੇ ਬਾਦਸ਼ਾਹ ਫਰਮਾਇਆ ਜ਼ੁਰੈਰ ਜੀ ਅੱਜ ਦਿਲ ਕਰਦਾ ਦੂਰ ਤੱਕ ਤੇਰੇ ਨਾਲ ਟੁਰਾਂ
मैं बिस्मिल्लाह करा, मैं बिस्मिल्लाह करा, जवानी नसीब होवे, मैं बिस्मिल्लाह। सिर्फ दो मिनट की तमहीद रह गई, फिर खरात वेखी मोहम्मद की थी तो मैं मंगी कितनी है। मैं बिस्मिल्लाह करा छा, अल्लाह अकबर। बादशाह गर्मी बहु है, फरमाया तैं तो नहीं आख्या, मेरा अपना दिल है। शहर दे बाहर इमाम नो डिठा गर्मी, कदम ते हाथ लाए, बादशाह वाल वनो, मौला इतने सफर फरमाया, अच्छा चढ़ घोड़े ते सफर खैर दे, उन्हें घर मेरा सलाम आख। अच्छा बादशाह जुरैर गल याद रखी, यार सरामत पानी मोको दे, भला होवे भला होवे, कोई मशकी दा कोल पानी दा भरी रखी, खुदा हदा देवी, कोई मशकी दा पानी दा भरी रखी। अच्छा बादशाह जाओ, चंद कदम च आए और न छेड़ी इतों, ठीक है। अपने आप में आधा जिंदगी का पता नहीं किड़े मोड़ ते मुक जाए। एक बारी फिर हज कर, चलो इमाम टुरदे हो सन, कंट देख ले सा, हज फिर भी पूरा। चलती सवारी तो धियां लियो, इंज पीछे डिठा है सैयद शाह जदीन दी पगड़ी लत के गल च आई हुई, इमाम दे दोए हाथ कमर ते, बादशाह दियां अखां वसदियां पईयां धियां दे परदे होने। मैं बिस्मिल्लाह करा, वैन तेरे अकबर दा बाबा कबूल फरमाए, मौला मातम कबूल करे। चलदी सवारी तो धरक दिते कदम आ चुमेन, बादशाह हजूर रोवेन, मैं घर वन्या। फरमाया घर वाले ने घर वंजना ते होया, मौला हजूर रोंदे पैन, मैं ना होवेंदा। इमाम फरमाए इस वास्ते नहीं रोंदा जो टुरिया वे ना, रोना हर साल आना है ते हर साल मेरे कोलों पुछना है। टुरन लग्या मौला कोई शह मंगो, इस बारी चुप करके टुर पे, कोई शह मंगे। आदा मौला डर गया, मत हजूर नाराज ना हो पवे। इमाम फरमाया चल तय नहीं आख्या, मैं आप मंगला। आधा वक्त तर जासन कोई शाह, इमाम फरमाया आमन आले साल चाली चादर बनवाई, तेरिया धियां दे परदे होने। बिस्मिल्लाह ते बिस्मिल्लाह करा, जवानी नसीब हो जी, नाराज ना होवी। वल वल आखन दा वक्त नहीं, बिस्मिल्लाह मेरा सफर बहुत ज्यादा जाए। अल्लाह अकबर, बस एक वैन इतना ही करन लगा, चाली चादर मौला अगले साल को छोड़ो घर वंजो, मैं सारे मदीने दिया चादर हूने बाजार दिया, तेरी जुत्ती दे सदके बड़ा उच्चा पे वसना लेके आया। इमाम फरमाया लोड़ अगले साल उसे ते चादर वीरन ओ लयावी जड़िया परदेदार उत्ते करें दिया। हो सकता इस जुमले ते अगे सैयदादा तेरी नगरी च पढ़न की लोड़ ही ना होवे। मेहनत परस लोग बैठे हो, बादशाह हुसैन का बड़ा वड्डा जजा करे, तो बड़ा लाडला जजा करे शहनशाह का जिस पूरी बिछाई। जुमला में आखे लगा खुदा जान दे धिया दो, जड़ा आख्या ना परदेदार आदा मौला ले आस, पर मैं इत्थे नहीं आवना। क्यों मौला? मैं नहीं आवना मौला, वड्डे सरदार हुसैन। पर मैं बापे और कोई नहीं आवना। आदा मौला समझ आ गई, भैणा ना ले आस, बीवी नाल लिया सा, उन्होंने चादर दे दे सा, वो अंदर चादर दे सर, मैं तेरे दरवाजे से बाहर ही दे लई सा आज पूरा। इमाम फरमाया तेरिया सहनी भी घर नहीं होना, सारी मजलस ही मैं सतर वास्ते पड़ी है, बातमी नौजवानों है तेरिया सहनी भी नहीं होना। आदा मौला एक आख्या नहीं, चाली चादर तो आख्या मदीने नामी, दस कितने ले आवा। इमाम फरमाया तू ना आई मैं आसा। आदा मैं बिस्मिल्लाह करा, मेरे घर। फरमाया नहीं। आदा मौला शान च फर्क ही नहीं पाँगा, तेरी जुत्ती दे सदके च खरा है तो बहुत ज्यादा मिली है, कोई फर्क पाँगा है जेड़े नवाब दे बूहे ते उसे दस नौकर उठे आसी। इमाम फरमाया पांच रबी अलवल सुबह दा वेला असकलान दा दरबार, रोवी ते भावे ना रोवी दरबार दा नाम आया है। हाथ जोड़ के आदा मौला पुराना नौकर आ एक गल करनी है। इमाम फरमाया कर आदा जे दरबार आवना ही तो वखे कनीजा लैके भी ना आवी। मौला उस दरबार दे विच लोग सतरंज खेड़ देन। मैं बिस्मिल्लाह करा,
یا زہرا میں بسم اللہ کرا جوانی ماڑے اتنے شراباں پیندے امام ادن جا داسا راز کل سی وطن بیوی نو آدھا امام سلام دین دیا آدھی من بنا اللہ چلے آدھا نہ گھبرا سائی آن دے پہ آدھی بسم اللہ کرا میں سہنی دی بھی زیارت کرنی ہوں دی میں تو تن اس واسطے آکے آدھا تیری سہنی بھی آن دیا پہ ہیں آئی سامنے تڑپ کے اٹھی آدھی منن والی پاکن دیا سب کچھ جان نیا شریعت آدھی عورت مرد دیا کہ اچھا نہ بولے میں جہنمی بھی بن جام میں بولنا ہے کہ آکھے سہنی بھی آن دیا پہ ہیں معافی مانگ آدھا کہہ رہی ہیں گلہ پہ کر رہے ہیں آدھے تینوں کیڑا پتہ ہے پچھلے سال جڑا گئی ہیں تیرے نال تو تے باہر ہونا ہے ہمیں مو چکے آکھیا سینی بھی آن دیا پہ ہیں معافی مانگ میں نو دن رہی ہیں مخدومہ دکول تے میں نو دن ہی ویک دی رہی ہیں جڑا نماز واسطے اٹھ دیا ہی چار چار دائیاں سہارا دے رہی ہیں کوئی بیٹھا ہے کوئی بیٹھا ہے مسائے بسم اللہ کرے بابا والا پرسا قبول کری اور قبر دا بابا بہن قبول کری جی بابا بسم اللہ کرم جی بابا چار چار دائیاں سہارا دیندیاں ادھا میں نے امام دی امامت دی قسم امام خود فرمایا ادھا سمجھ آگئی قسم نہ کھا میں سین دے کول ایک رات نو بیٹھیاں مستوراں کٹھیاں ہو گئیاں علی اکبر دی شادی دیاں گلاں شروع ہوئیاں اس ویلے بی بی فرمایا میں پتر حلب دے بادشاہ دا پرنا منے دا گنڈ پے گئی اس اکبر بڑا پیارا پتر ہے پتر دے جنج نال ضرور اس وقت گزر گیا پنج دا ڈی ختم تفصیل وقت کسے ویلے دیاں لیو مسلے تے اجاں زرائر بیٹھے اندھا ہی غلام باہر آیا زرائر ایک گل کرنی آ کرو ناراض تھا نا اسے نہیں نہیں کر کو پیسے دی لوڑ ہے نہیں پیسے دی لوڑ نہیں تو میں نے نیتا دا میرے پیر بڑا سونا قرآن پڑھ دے واہ تیری سمجھ تو صدقے دے ماں واہ مولا تیرے وین قبول کرے میں بسم اللہ کرا جی بابا ہاتھ نہ جوڑ میں نیاز مطا بسم اللہ کرا جھولی بھر کے گھرے نٹوڑ نیتا دا آمین میرے پیر بہو سونا قرآن پڑھ دیں آدھا اندھے ویچے شک کی نہیں جی میں میرے پیر سونا پڑھ دیں انج کوئی کاری پڑھ نہیں سنگ دا آدھا پڑھ دے اسے تیرے پیر بڑا چنگا پڑھ دے اسے تیرے پیر بڑا سونا پڑھ دے اسے آدھا سونا پڑھ دے اسے چنگا پڑھ دے اسے کیا آدھا پہا جلدی بھائی بسم اللہ میں تو آڑے واسطے بس کیا آتھے چنگا پڑھ میرے پیر پڑھ دے چنگا آدھا میں کدو آکیا جو چنگا نہیں پڑھ دے لیکن آج ایک کاری میں ویکھایا آدھا کاری بڑے بڑا چنگا پڑھ دے لیکن میرے پیر آدھا تو کوئی نہیں پڑھ سکتا آدھا نہیں جیڑا او میں ویکھیا او جیا کوئی کاری نہیں پڑھ سکتا بھینک دے کے آدھا زبان بند کر لا آدھا میں تیرا پرانا نہ کرا میں جھوٹ نہیں پہ بولے دا آدھا کمی آکھے جو نہ دا کوئی نہیں آدھا تیرے پیر پڑھ دے اس سے نہ کسے نرم جہاں بیٹھ کے پڑھ دے اس تیرے پیر پڑھ دے اس سے نہ ٹھنڈا پانی پی کے پڑھ دے اس سے نہ جڑا میں کاری جٹھائیں قرآن پڑھ دائیں نیزہ دی نوکتے کئی ایڈا سونا قرآن پڑھ دائیں پرندے ہوا چرو کوئے دے نہ ماما دیا جھولیاں چکھیر پی دے بسم اللہ بسم اللہ جوانی نصیب ہوئے کسے گا میں جنر ہوئے آدھا ہو کتھے کاری میں بے کھنا جانا آدھا تیرے بازار دے سامنے چوکچ اللہ جان دا مک گئی تمہید بازار آیا ہے کتھے کاری آدھا ہونے تھائیں ڈٹھ آدھا جھوٹ قبول کری جی اکبر دا بابا عزت زیادہ دے ہی جگہ پتہ لگا ہے جو میریاں سینی سیدہ کھارنوں دھوڑے آئے بازار آئے تے بیوی چادران لیا دیا دی زرائر اللہ دنا جلدی لے جا آدھا میں درباروں آیا تے نکینڈ سے آئے آدھی دربار گیا ایک بی بی آئیے جنگے پاسے تے ہاتھ آنا جیڑی آدھی آتے کا چادران دے میری زینب دے والا
ماشاءاللہ، مولا آپ کے آنسو کو